सत श्री अकाल जी, जिन्हें भी जाने तुसी मेरी गलबात सुन रहे हो इस टाइम, कृपा करदा अज पंजाब दे लोकां नूं मैं बेनती करदा, कृपा करके अज इस गल नूं ध्यान नाल सुनना। ते मेरी पंजाब दे लोकां अगे बेनती है कि अज उह जिहड़ा पंजाब दे जिहड़े साडे दोगले चेहरे ने उन्हां दा पंजाब दे लोक फैसला करन कि इन्हां नूं रखणा जां पंजाब च नहीं रखणा। ये मेरी वीडियो ध्यान नाल सुन लिओ वीरो, अज मानसा दे विच बहुत वड्डा कट सीगा, बहुत वड्डा कट सी अज मानसा दे विच परमिंदर सिंह झोटे दे जिहड़ा कि परचा सरकार ने नजायज कीता उहदे संबंध दे विच सीगा बई कट। पंजाब दे लोको मेरी इह जिन्ने भी जाने मेरी गल सुणदे ने पहलां तां इहनूं सांझी जरूर कर देना तां कि जिहड़े इह पंजाब दा खौती मीडिया, अज मैं खौती मीडिया दा जिहड़ा पंजाब दा जिहड़ा बणिया फिरदा ना हड़ां दे विच वड्डियां वड्डियां गल्लां करदा आ चक्की फिरदे ने अपने मैक जे उत्थे, ये अज मैं जो पत्रकारां दी सारिआं दीआं मैं इहनां दा कपड़े पाड़ने अज इहनां दे पत्रकारां दे, अज एक भी इह पत्रकार जिहड़ा वड्डे पत्रकार ने वीरो अज उत्थे मानसा दे विच नहीं पहुंचिआ। अज मानसा दे विच इक तां इधर फुटपाथ ते इधर कट सीगा अद्धा मानसा दे विच, तुसीं देख लोक ही लोक फिरदे सीगे। इहदों शर्म दी गल की होगी जिहड़े न्यूज चैनल वड्डे न्यूज चैनल सी बई एक भी नहीं पहुंचा यार, किसे जिहड़े कहिंदे कहाउंदे पंज छे चैनल नेगे ओह इक भी नहीं पहुंचा उहनां दे विचों यार। सरकार दे तुसीं इन्नियां भेडां बन गए यार, मीडिया बणिआ किहड़े काम लई मैं पुछदा, मीडिया बणिआ किहड़े काम लई आ, मीडिया लोकां दी आवाज़ हुंदा, मीडिया नूं तुसीं कहणे हुंदे वी मीडिया आ थम है, मीडिया ओह थम है। मीडिया इस लई नहीं बणिआ कि लोकां दी गल सरकार तक ना पहुंचावे, ਇਹ ਸਰਕਾਰ ਤੇ ਵੀ ਲੱਖ ਲਾਣਤਾਂ ਨੇ ਯਾਰ, ਕਿੰਨਾ ਮੀਡੀਆ ਦੇ ਇਹਨਾਂ ਨੇ ਮੀਡੀਆ ਦੇ ਗਲ 'ਚ ਸੰਗਲ ਪਾ ਕੇ ਉਹਨੂੰ ਘੁਮਾ ਰਹੀਆਂ ਨੇਗੀਆਂ। ਉਹ ਤੁਸੀਂ ਮੀਡੀਆ ਵਾਲਿਓ, ਪੰਜਾਬ ਦੇ ਮੀਡੀਆ ਵਾਲਿਓ, ਉਹ ਮਰ ਜਾਓ ਤੁਸੀਂ ਉਹ ਪਾਣੀਆਂ ਦੇ ਵਿੱਚ ਜਿਹੜੀ ਤੁਸੀਂ ਝੂਠੀ ਪੱਤਰਕਾਰੀ ਕਰਦੇ ਫਿਰਦੇ, ਉੱਥੇ ਮਰ ਜਾਓ ਲੋਕਾਂ ਦੇ, ਕਿਸੇ ਦੇ ਮੂੰਹ 'ਚ ਜਾ ਕੇ ਮੈਕ ਥੁੰਨ ਦਿੰਦੇ ਹੋ, ਕਿਸੇ ਦੇ ਮੂੰਹ 'ਚ ਮੈਕ ਜਾ ਕੇ ਥੁੰਨ ਦਿੰਦੇ ਹੋ, ਇੱਥੇ ਤੁਹਾਡੇ ਕਿੰਨਾ ਪਾਣੀ ਆ, ਇੱਥੇ ਤੋਂ ਇਹ ਕਿੰਨਾ ਪਾਣੀ ਆਇਆ, ਉਹ ਤੁਹਾਡਾ ਬੇੜਾ ਬਜੇ, ਉਹ ਤੁਹਾਡਾ ਸਾਰੇ ਪੱਤਰਕਾਰਾਂ ਦਾ ਯਾਰ, ਤੁਸੀਂ ਕਰ ਕੀ ਰਹੇ ਹੋ, ਇੱਕ ਵੀ ਨਹੀਂ ਕੋਈ ਉੱਥੇ ਪਹੁੰਚਿਆ ਮਾਨਸਾ ਦੇ ਵਿੱਚ ਯਾਰ। ਆਹ ਸਾਰੇ ਚੈਨਲਾਂ ਨੂੰ ਜਿੰਨੇ ਵੀ ਚੈਨਲ ਨੇ ਧਿਆਨ ਨਾਲ ਗੱਲ ਸੁਣ ਲਓ, ਮੈਂ ਇਹਨਾਂ ਦਾ ਨਾਂ ਲਓ, ਇਹਨਾਂ ਦੇ ਫਿਰ ਹੋਰ ਮਿਰਚਾਂ ਲੱਗਣਗੀਆਂ, ਇਹਨਾਂ ਸਾਰੇ ਚੈਨਲਾਂ ਨੂੰ ਅਨਫੋਲੋ ਕਰੋ, ਇਹਨਾਂ ਨੂੰ ਪਤਾ ਲੱਗਿਆ ਸੀ ਇਹਨਾਂ ਨੂੰ ਵੀ ਅਸੀਂ ਕਰ ਕੀ ਰਹੇ ਹਾਂ ਯਾਰ, ਤੁਸੀਂ ਲੈ ਕੇ ਸਰਕਾਰ ਤੋਂ ਪੈਸੇ, ਸਰਕਾਰ ਦੀ ਬੋਲੀ ਬੋਲੀ ਜਾਂਦੇ ਹੋ, ਸਰਕਾਰ ਦੇ ਵਿੱਚ ਬਿਠਾ ਕੇ MLA ਨੂੰ ਉਹਨਾਂ ਦੇ ਐਂਟਰੀਮੋ ਕਰਦੇ, ਉਹਨਾਂ ਦੇ ਮੂੰਹ 'ਚ ਦੇਖੋ ਜੀ ਤੁਸੀਂ ਹੜ ਪ੍ਰਭਾਵਿਤ, ਉਹ MLA ਸਾਹਿਬ ਉਦੋਂ ਨਿਕਲਦੇ ਨੇ ਕਿ ਜਦੋਂ ਪਤਾ ਹੁੰਦਾ ਪੱਤਰਕਾਰ ਸਾਹਿਬ ਆ ਗਏ, ਬਕਾਊ ਮੀਡੀਆ ਆ ਗਿਆ, ਉਦੋਂ ਇਹ ਨਿਕਲਦੇ ਨੇਗੇ MLA ਸਾਹਿਬ ਵੀ ਹਾਂ ਜੀ ਆ ਜਾਓ ਜੀ, ਬਕਾਊ ਮੀਡੀਆ ਖੜਾ ਤਿਆਰ ਤੁਹਾਡੇ ਮੂੰਹ 'ਚ ਮੈਕ ਥੁੰਨਣ ਨੂੰ, ਆਹ ਤੁਹਾਡੀਆਂ ਬੋਰੀਆਂ ਦਿਖਾਉਣ ਨੂੰ, ਆਟੇ ਦੀਆਂ ਬੋਰੀਆਂ ਦਿਖਾਉਣ ਨੂੰ, ਉਹ ਤੁਹਾਡਾ ਬੇੜਾ ਵਜੇ, ਉਹ ਤੁਹਾਡਾ ਅੱਜ ਇੱਕ ਵੀ ਪੱਤਰਕਾਰ ਨਹੀਂ ਪਹੁੰਚਿਆ। ਮੈਂ ਬੜਾ ਦੁਖੀ ਹਾਂ ਇਸ ਗੱਲ ਤੋਂ ਯਾਰ, ਅੱਜ ਮਾਨਸਾ ਦੇ ਵਿੱਚ ਐਡਾ ਵੱਡਾ ਕੱਟ ਸੀਗਾ ਯਾਰ, ਇਹਦੋਂ ਦੁੱਖ ਦੀ ਗੱਲ ਕੀ ਹੋਊਗੀ ਜੇ ਤੁਸੀਂ ਅੱਜ ਉੱਥੇ ਇੱਕ ਫੈਸਲਾ ਕੀਤਾ ਕਿ ਅੱਜ ਜਿਹੜਾ ਲੋਕਾਂ ਨੇ ਉੱਥੇ ਫੈਸਲਾ ਕੀਤਾ ਕਿ MLA ਨੂੰ ਘੇਰ ਕੇ ਪੁੱਛਿਆ ਜਾਊ ਪਰਮਿੰਦਰ ਸਿੰਘ ਝੋਟੇ ਬਾਰੇ ਸਵਾਲ, ਮੈਂ ਤੁਹਾਨੂੰ ਇਹ ਗੱਲ ਕਹਿਣਾ, ਜਿਹੜੇ ਮੀਡੀਆ ਵਾਲੇ ਆ ਚੱਕੀ ਫਿਰਦੇ ਨੇ ਹੜ੍ਹ ਪੀੜਤਾਂ ਦੇ ਵਿੱਚ, ਅੱਜ ਮੈਂ ਉੱਥੇ ਗਿਆ ਨਹੀਂ ਗਾ, ਮੈਨੂੰ 9 ਦਿਨ ਹੋ ਗਏ, 10 ਦਿਨ ਹੋ ਗਏ ਘਰੇ ਨਿਕਲਣ, 2 ਰਾਤਾਂ ਮੈਂ ਘਰੇ ਕੱਟੀਆਂ ਨੇ, ਅੱਜ ਮੇਰੇ ਛੋਟੇ ਭਰਾ ਦੀ ਉੱਥੇ ਆਉਣੇ ਦੀ ਉੱਥੇ ਹਾਜ਼ਰੀ ਹੈ ਸਰਦੂਲਗੜ੍ਹ, ਉੱਥੇ ਜਾ ਕੇ ਕਿਸ਼ਤੀ ਦੇ ਉੱਪਰ ਗੇੜੇ ਲਾਈ ਉਹਦਾ ਜਾ ਕੇ ਦੇਖ ਲਿਓ। ਪਰ ਅੱਜ ਤੁਸੀਂ ਸਵਾਲ, ਜੇ ਅੱਜ ਉੱਥੇ ਫੈਸਲਾ ਕੀਤਾ ਕਿ MLA ਨੂੰ ਸਵਾਲ ਕਰਾਂਗੇ ਪਰਮਿੰਦਰ ਸਿੰਘ ਝੋਟੇ ਬਾਰੇ, ਘੇਰ ਕੇ ਸਵਾਲ ਪੁੱਛਾਂਗੇ, ਸਵਾਲ ਆ ਪੱਤਰਕਾਰ ਖੌਤੀ ਮੀਡੀਆ ਨੂੰ ਪੁੱਛੋਗੇ, ਅੱਜ ਤੁਸੀਂ ਉੱਥੇ ਕਿਉਂ ਨਹੀਂ ਗਏ ਹੋਏ, ਤੁਸੀਂ ਉੱਥੇ ਇੱਥੇ ਤੁਰੇ ਫਿਰਦੇ ਹੋ, ਇੱਥੇ ਡਰਾਮੇ ਕਰਦੇ ਤੁਰੇ ਫਿਰਦੇ ਹੋ, ਤੁਸੀਂ ਉੱਥੇ ਪਰਮਿੰਦਰ ਸਿੰਘ ਝੋਟੇ ਦਾ ਐਡਾ ਵੱਡਾ ਮਾਨਸਾ ਦੇ ਵਿੱਚ ਕੱਟਦੇ, ਤੁਸੀਂ ਉਹ ਖਬਰ ਕਿਉਂ ਨਹੀਂ ਚਲਾਈ, ਤੁਸੀਂ ਉਹ ਵੀਡੀਓ ਕਿਉਂ ਨਹੀਂ ਚਲਾਈ। ਇਸ ਕਰਕੇ ਸਾਨੂੰ ਇਹ ਮੀਡੀਆ ਦਾ ਬਾਈਕਾਟ ਕਰਨਾ ਪੈਣਾ, ਜਿਵੇਂ ਅਸੀਂ ਗੋਦੀ ਮੀਡੀਆ ਦਾ ਬਾਈਕਾਟ ਕਰਿਆ ਸੀਗਾ, ਪੰਜਾਬ ਦੇ ਮੀਡੀਆ ਦਾ ਬਾਈਕਾਟ ਕਰੋ, ਸਾਰਿਆਂ ਦਾ ਅਨਫੋਲੋ ਕਰੋ ਇਹਨਾਂ ਨੂੰ, ਜਿੰਨੇ ਵੀ ਨੌਜਵਾਨ ਹੋ ਆਹ ਸਾਰਿਆਂ ਦਾ ਜਿਹੜਾ ਖੌਤੀ ਮੀਡੀਆ ਦਾ ਬਾਈਕਾਟ ਹੋਣਾ ਚਾਹੀਦਾ। ਝੂਠਾ ਮੀਡੀਆ, ਦਲਾਲ ਮੀਡੀਆ ਲੈ ਕੇ ਪੈਸੇ ਸਾਡੇ ਖਿਲਾਫ਼ ਤਾਂ ਖਬਰਾਂ ਚਲਾ ਦਿੰਦਾ, ਉਹ ਸਾਡੇ ਖਿਲਾਫ਼ ਜਿਹਨੇ ਬੋਲਣਾ ਬੋਲੋ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਜਿੰਨੀਆਂ ਸਾਡੇ ਖਿਲਾਫ਼ ਜਿਹੜੀਆਂ ਖਬਰਾਂ ਚਲਾਉਣੇ ਨੇ ਚਲਾਓ, ਪਰ ਗੱਲ ਦੂਜਾ ਪੱਖ ਵੀ ਤਾਂ ਦਿਖਾਓ, ਆਹ ਸਰਕਾਰ ਵਾਲਾ ਪੱਖ ਵੀ ਤਾਂ ਦਿਖਾਓ। ਕੋਈ ਨਹੀਂ ਆਇਆ ਬਾਈ, ਜਿਹੜੇ ਤੁਸੀਂ ਕਮੈਂਟਾਂ 'ਚ ਨਾਂ ਲਈਏ ਨੇ, ਸਾਰਿਆਂ ਦੇ ਨਾਂ ਲਓ, ਮੈਂ ਤੁਹਾਨੂੰ ਦੱਸਾਂ ਕਿਹੜੇ ਤੁਸੀਂ ਕਮੈਂਟ ਕਰੋ, ਮੈਨੂੰ ਦੱਸੋ, ਕਮੈਂਟ ਕਰਕੇ ਦੱਸੋ। ਕੋਈ ਮੀਡੀਆ ਵਾਲਾ ਨਹੀਂ ਆਇਆ ਯਾਰ, ਕੋਈ ਵੀ ਜਿਹੜੇ ਆਏ ਨੇਗੇ, ਜਿਹੜੇ ਚੈਨਲਾਂ ਦਾ ਧੰਨਵਾਦ ਕਰਦੇ ਹਾਂ, ਮੈਂ ਕਈ ਚੈਨਲ ਆਏ ਨੇਗੇ, ਨਵੇਂ ਚੈਨਲ ਆਏ ਨੇਗੇ। ਇਸ ਕਰਕੇ ਪੰਜਾਬ ਦੇ ਮੁੰਡਿਆਂ ਨੂੰ ਮੈਂ ਕਹਿਣਾ ਚਾਹੁੰਦਾ ਯਾਰ, ਤੁਸੀਂ ਇਹ ਸੋਸ਼ਲ ਮੀਡੀਆ ਹੀ ਹੈ, ਸੋਸ਼ਲ ਮੀਡੀਆ 'ਤੇ ਸਰਕਾਰ ਆਏ, ਸੋਸ਼ਲ ਮੀਡੀਆ ਤੁਸੀਂ ਆਪ ਚਲਾਉਣਾ ਸਿੱਖ ਜਾਓ, ਇਹ ਕਿੱਡੀ ਕੁ ਵੱਡੀ ਗੱਲ ਹੈ। ਮੈਂ ਇੱਥੋਂ ਮੈਂ ਪੁੱਛ ਲਓ, ਜਿਹਨੇ ਕੋਈ ਨਿਊਜ਼ ਚੈਨਲ ਨਵਾਂ ਖੋਲ੍ਹਣਾ, ਆਹ ਜਿਹੜੇ ਪੱਤਰਕਾਰ ਨੇ ਉਹਨਾਂ ਸਾਰਿਆਂ ਤੋਂ ਮੈਥੋਂ ਤਾਂ ਪੁੱਛ ਕੇ ਨਿਊਜ਼ ਚੈਨਲ ਖੋਲ੍ਹੇ ਹੋਏ ਨੇਗੇ, ਸਾਰਿਆਂ ਨੇ ਸਾਡੀਆਂ ਵੀਡੀਓ ਪਾਪਾ ਤਾਂ ਨਿਊਜ਼ ਚੈਨਲ ਚਲਾਏ ਨੇਗੇ ਇਹਨਾਂ ਨੇ, ਇਹ ਸਾਡੇ ਮੂਹਰੇ ਕੀ ਬੋਲ ਲੈਣਗੇ।
ਸਾਡੇ ਮੂਹਰੇ ਕੀ ਬੋਲ ਲੈਣਗੇ ਆ ਜਿਹੜੇ ਪੱਤਰਕਾਰ ਨੇਗੇ ਇਹਨਾਂ ਨੇ ਸਾਰਿਆਂ ਨੇ ਸਾਡੀਆਂ ਵੀਡੀਓ ਪਾ ਪਾ ਅੰਦੋਲਨ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕੇਜੀ ਮੀਡੀਆ ਆ ਆਪਣਾ ਸੱਚ ਗੋਦੀ ਮੀਡੀਆ ਅੱਜ ਕੇਜੀ ਮੀਡੀਆ ਹੋਇਆ ਪਿਆ ਯਾਰ ਇੰਨੇ ਤੁਸੀਂ ਵਹਿ ਗਏ ਯਾਰ ਇੰਨੀ ਤੁਹਾਡੀ ਸ਼ਰਮ ਲੈ ਗਈ ਯਾਰ ਤੁਹਾਡੀ ਪੱਤਰਕਾਰਾਂ ਦੀ ਯਾਰ ਤੁਸੀਂ ਬਣੇ ਕਿਹੜੇ ਕੰਮ ਲਈਓ ਅੱਜ ਇੱਕ ਵੀ ਮੀਡੀਆ ਨੇ ਉੱਥੇ ਪਹੁੰਚਿਆ ਬਾਈ ਆ ਸਾਰੇ ਪੱਤਰਕਾਰ ਜਿਹੜੇ ਵੱਡੇ ਆਪਦੇ ਆਪ ਨੂੰ ਸਟ੍ਰੀਮ ਮੀਡੀਆ ਕਹਾਉਂਦੇ ਨਾ ਵੀ ਸਾਡੇ ਪਿੰਡ ਤਾਂ ਸਾਨੂੰ ਤਾਂ ਪੱਤਰਕਾਰੀ ਦੀ ਬਾਹਲੀ ਨੌਲੇਜ ਹੈ ਸਾਡੇ ਪਿੰਡ ਤਾਂ ਕਿਸੇ ਨੂੰ ਪਤਾ ਹੀ ਨਹੀਂ ਪੱਤਰਕਾਰੀ ਕਰਨੀ ਨਹੀਂ ਆਉਂਦੀ ਜਿਉਂਦੇ ਵਸਦੇ ਰਹੋ ਜਿਹੜੇ ਨਵੇਂ ਮੁੰਡੇ ਪੱਤਰਕਾਰ ਬਣੋ ਨਾ ਬਣੋ ਪੰਜਾਬ ਦੀ ਆਵਾਜ਼ ਬੁਲੰਦ ਕਰੋ ਅੱਜ ਮਾਨਸਾ ਦੇ ਵਿੱਚ ਇਹ ਪੱਤਰਕਾਰ ਕੋਈ ਨਹੀਂ ਪਹੁੰਚਿਆ ਇਹਨਾਂ ਦਾ ਬਾਈਕਾਟ ਕਰੋ ਜਿਵੇਂ ਕਿ ਇਹ ਗੱਲਾਂ ਕਰਦੇ ਨਾ ਅਸੀਂ ਕਿ ਐਮ ਐਲ ਏ ਨੂੰ ਸਰਕਾਰ ਨੂੰ ਘੇਰ ਕੇ ਸਵਾਲ ਇਹਨਾਂ ਨੂੰ ਵੀ ਪੁੱਛੋ ਕੀ ਤੁਹਾਨੂੰ ਕੀ ਲੱਗਦਾ ਵੀ ਸਾਡੀ ਲੋਕਾਂ ਤੱਕ ਆਵਾਜ਼ ਪਹੁੰਚੀ ਨਹੀਂ ਹੈਗੀ ਆਹ ਜਿਹੜਾ ਮੀਡੀਆ ਖੌਤੀ ਮੀਡੀਆ ਜਿਹੜਾ ਪਹੁੰਚਿਆ ਨਹੀਂ ਤੁਹਾਨੂੰ ਕੀ ਲੱਗਦਾ ਸਾਡੀ ਲੋਕਾਂ ਤੱਕ ਆਵਾਜ਼ ਪਹੁੰਚੀ ਨਹੀਂ ਪਹੁੰਚੀ ਹੈ ਜਾਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਹਾਡੇ ਤਾਂ ਵੱਧ ਸਾਨੂੰ ਲੋਕ ਪਿਆਰ ਕਰਦੇ ਨੇ ਸਾਡਾ ਚੈਨਲ ਬੰਦ ਕਰ ਦੋਗੇ ਨਵਾਂ ਬਣਾ ਲਾਂਗੇ ਅੱਜ ਇੰਨਾ ਦੁੱਖ ਆ ਨਾ ਉੱਥੇ ਹੜਾਂ ਦੇ ਵਿੱਚ ਚੱਕੀ ਫਿਰਦੇ ਨੇਗੇ ਉੱਥੇ ਡਮਰੂ ਜੇ ਆਹ ਦੇਖੋ ਜੀ ਪਾਣੀ ਆ ਗਿਆ ਪਰ ਪਾਣੀ ਆ ਗਿਆ ਤੁਸੀਂ ਕੀ ਕਰ ਰਹੇ ਹੋ ਉੱਥੇ ਬਈ ਕੋਈ ਕੰਮ ਕਰ ਰਹੇ ਹੋ ਤੁਸੀਂ ਕਿਸ਼ਤੀਆਂ ਦੇ ਗੜੇ ਲਾ ਰਹੇ ਹੋ ਤੁਸੀਂ ਕੋਈ ਵਿੱਚ ਲੋਕਾਂ ਦੇ ਉੱਤਰ ਕੱਪੜੇ ਲਾ ਕੇ ਤੁਸੀਂ ਅੰਦਰ ਜਾ ਰਹੇ ਹੋ ਉੱਥੇ ਜਾਂਦੇ ਨੇ ਕਿਸ਼ਤੀ ਦੇ ਵਿੱਚ ਬੈਠ ਕੇ ਵੀਡੀਓ ਬਣਾ ਕੇ ਇੱਥੋਂ ਮੁੜੇ ਆਉਂਦੇ ਨੇਗੇ ਅਖੌਤੀ ਮੀਡੀਆ ਦੇ ਨਾਲ ਬਾਈਕਾਟ ਕਰੋ ਹਜੇ ਤਾਂ ਮੈਂ ਜਿਹੜੇ ਦੋ ਤਿੰਨ ਪੱਤਰਕਾਰਾਂ ਦੀ ਆਇਆ ਸੀ ਟਾਪ ਲਵਾਉਂਗਾ ਇਹਨਾਂ ਦੇ ਐਡੇ ਤਕੜੇ ਸਬੂਤ ਪਏ ਨੇਗੇ ਜੇ ਕਿਤੇ ਬੋਲ ਵੀ ਜਾਣ ਜਿੱਦਣ ਕਿਤੇ ਮੈਂ ਇਹਨਾਂ ਦਾ ਨਾਂ ਲੈ ਕੇ ਵੀਡੀਓ ਪਾਤੀ ਨਾ ਤਾਂ ਕਿਤੇ ਵਿਦੇਸ਼ ਦੇ ਵਿੱਚ ਜਾ ਸਕਦੇ ਨਾ ਕਿਸੇ ਪੰਜਾਬ ਦੇ ਵਿੱਚ ਜਾ ਸਕਦੇ ਨੇ ਇੰਨੇ ਇਹਨਾਂ ਨੇ ਮੰਜੀ ਠੋਕੂ ਪੱਤਰਕਾਰਾਂ ਦੀ ਹਜੇ ਤਾਂ ਮੈਂ ਅੱਜ ਤਾਂ ਇਹਨਾਂ ਨੂੰ ਮੈਂ ਛੱਡ ਰਿਹਾ ਅੱਜ ਤਾਂ ਹਜੇ ਮੈਂ ਨਾਂ ਨਹੀਂ ਲੈ ਰਿਹਾ ਸਾਰਿਆਂ ਦੀ ਮੰਜੀ ਠੋਕੂ ਇਕੱਲੇ ਦਾ ਸਬੂਤ ਪਿਆ ਜਿਹੜੇ ਗੱਲਾਂ ਕਰਦੇ ਸੀ ਨਾ ਆਹ ਹਜੇ ਤਾਂ ਮੈਂ ਦੀਪ ਸਿੱਧੂ ਵਾਲੀ ਦੀ ਗੱਲ 'ਤੇ ਹੀ ਪੁੱਛਣਾ ਬੋਲਣਾ ਮੇਰੇ ਕੋਲ ਸਬੂਤ ਪਿਆ ਆਹ ਜਿਹੜਾ ਗੱਲਾਂ ਕਰਦੇ ਸੀ ਦੀਪ ਸਿੱਧੂ ਨੂੰ ਸਿੱਧੂ ਮੂਸੇਵਾਲੇ ਨੂੰ ਜਦੋਂ ਮਰਨ ਤੋਂ ਬਾਅਦ ਇਹਨਾਂ ਨੇ ਬਹੁਤ ਖਬਰਾਂ ਚਲਾਈਆਂ ਸਾਰਿਆਂ ਦੀਆਂ ਗੱਲਾਂ ਪਈਆਂ ਨਾ ਸਾਰਿਆਂ ਦੇ ਇਹਨਾਂ ਨੇ ਕੱਪੜੇ ਧੇੜੂ ਆ ਜਾਓ ਜਿਹਨੇ ਆਉਣਾ ਹੋਇਆ ਮੈਦਾਨ ਦੇ ਵਿੱਚ ਹੁਣ ਤੁਹਾਡਾ ਤਾਂ ਇੰਨਾ ਮਨ ਅੱਕ ਚੁੱਕਿਆ ਯਾਰ ਮੈਨੂੰ ਇਹ ਸੀਗਾ ਵੀ ਅੱਜ ਪਹੁੰਚਣਗੇ ਸਰਕਾਰ ਤੱਕ ਗੱਲਾਂ ਪਹੁੰਚਾਉਣਗੇ ਐਡਾ ਵੱਡਾ ਕੱਟ ਸੀ ਬਾਈ ਮਾਨਸਾ ਦੇ ਵਿੱਚ ਅੱਜ ਐਡਾ ਵੱਡਾ ਕੱਟ ਸੀਗਾ ਕਿ ਆਮ ਲੋਕਾਂ ਤੋਂ ਕਵਰਿੰਗ ਨਹੀਂ ਹੋਈ ਆਮ ਲੋਕਾਂ ਤੋਂ ਕਵਰਿੰਗ ਨਹੀਂ ਹੋਈ ਕੱਟ ਦੀ ਯਾਰ ਇਹ ਮੀਡੀਆ ਨੇ ਐਡਾ ਮੀਡੀਆ ਯਾਰ ਦਲਾਲ ਬਣ ਗਿਆ ਯਾਰ ਸਰਕਾਰ ਦਾ ਐਡੀ ਗੱਠ ਪੁਤਲੀ ਬਣ ਗਿਆ ਯਾਰ ਕੀ ਕਰ ਲੈਣਗੇ ਸਰਕਾਰ ਜਿਹੜੇ ਪੈਸੇ ਇਹ ਨਾ ਇਹ ਕਹਿੰਦੇ ਇਹ ਡਰਦੇ ਨਹੀਂ ਹੈਗੇ ਸਰਕਾਰ ਤੋਂ ਇਹ ਪੈਸੇ ਕਮਾਉਣ ਦੇ ਮਾਰੇ ਸਰਕਾਰ ਤੋਂ ਐਡਾ ਨਾ ਪੈਸਾ ਲੈਂਦੇ ਨੇ ਮੋਟਾ ਪੈਸਾ ਲੈਂਦੇ ਨੇ ਇਹ ਤਾਂ ਹੀ ਲੋਕਾਂ ਦੇ ਪੱਖ ਦੀ ਖਬਰ ਦਿਖਾਉਂਦੇ ਤਾਂ ਜਿਹੜੇ ਇਹਨਾਂ ਦੀ ਸਰਕਾਰ ਦੀਆਂ ਗੱਲਾਂ ਕਰਦੇ ਨੇਗੇ ਮੋਟਾ ਪੈਸਾ ਲੈਤਾ ਹੁੰਦਾ ਇਹਨਾਂ ਨੇ ਲੈ ਕੇ ਪੈਸਾ ਇੱਕ ਇੱਕ ਚੈਨਲ ਨੂੰ ਸਰਕਾਰ ਨੇ 50-60 ਲੱਖ ਰੁਪਏ ਇੱਕ ਚੈਨਲ ਨੂੰ ਦਿੱਤਾ ਹੋਇਆ 50-50 ਲੱਖ ਰੁਪਇਆ ਹੁਣ ਮੈਨੂੰ ਸੋਸ਼ਲ ਮੀਡੀਆ ਤੋਂ ਵੱਧ ਮੈਨੂੰ ਕਿਹਨੂੰ ਪਤਾ ਹੋਊਗਾ ਇਹ ਤਾਂ ਹਜੇ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਤਾਂ ਆਏ ਵੀ ਨਹੀਂ ਸੀ 2015 ਦਾ ਮੈਂ ਜੋ ਸੋਸ਼ਲ ਮੀਡੀਆ 'ਤੇ ਹਾਂ ਮੈਨੂੰ ਪਤਾ ਨਹੀਂ ਹੈਗਾ ਸੋਸ਼ਲ ਮੀਡੀਆ ਹੈ ਕੀ ਚੀਜ਼ ਹੈ ਇਹ ਲੈ ਕੇ ਇੰਨੇ ਇੰਨੇ ਪੈਸੇ ਜਰ ਫਰਜ਼ ਕਰੋ ਸਰਕਾਰ ਕਿਸੇ 'ਤੇ ਪਰਚਾ ਕਰਦੇ ਮੇਰੇ 'ਤੇ ਕੀਤਾ ਨਹੀਂ ਪਰਚਾ ਕੀ ਕਰ ਲੂ ਸਰਕਾਰ ਕਿੰਨਾ ਟਾਈਮ ਜੇਲ੍ਹਾਂ 'ਚ ਰੱਖ ਲੂ ਮਰਵਾ ਦੂ ਪਰਚਾ ਕਰਾ ਦੂ ਜੇਲ੍ਹ 'ਚ ਭੇਜ ਦੂ ਕਿੱਡੀ ਕੁ ਵੱਡੀ ਗੱਲ ਹੈ ਪਰਚਾ ਕਰਾਉਣਾ ਜੇਲ੍ਹ 'ਚ ਭੇਜਣਾ ਭੇਜ ਦੇਣ ਦੇ ਊਈ ਉਹਨਾਂ ਦੀ ਜਾ ਕੇ ਗੱਠ ਪੁਤਲੀ ਬਣੇ ਖੜੇ ਨੇਗੇ ਇਸ ਕਰਕੇ ਇਹ ਸਾਰੇ ਮੀਡੀਆ ਦਾ ਬਾਈਕਾਟ ਕਰੋ ਜਿੰਨੇ ਆਪ ਮੈਂ 4-5 ਚੈਨਲਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਰ ਕੇ ਤੁਹਾਨੂੰ ਵੈਸੇ ਪਤਾ ਹੀ ਆ ਯਾਰ ਫਿਰ ਇਹਨਾਂ ਦੇ ਹੋਰ ਮਿਰਚਾਂ ਲੱਗਣਗੀਆਂ ਮੈਂ ਤਾਂ ਨਹੀਂ ਨਾ ਲੈਂਦਾ ਤੁਹਾਨੂੰ ਪਤਾ ਹੀ ਆ 4-5 ਚੈਨਲਾਂ ਨੂੰ ਇਹਨਾਂ ਦਾ ਬਾਈਕਾਟ ਕਰੋ ਤਾਂ ਜਿੱਥੇ ਡਰਾਮਾ ਜਿਹਾ ਕਰਦੇ ਤੁਰੇ ਫਿਰਦੇ ਨੇਗੇ ਸੱਟ ਲਓ ਬਸ ਯਾਰ ਕਹਿ ਦਿਓ ਵੀ ਹਾਂ ਤੂੰ ਕੀ ਗੱਲ ਕਰਦਾ ਉੱਥੇ ਕਿਉਂ ਨਹੀਂ ਗਿਆ ਓਏ ਇਹ ਪੰਜਾਬ ਦੇ ਲੋਕ ਇਸ ਚੀਜ਼ ਵੱਲ ਧਿਆਨ ਦੇਣ ਜਿਹੜਾ ਵੀ ਕੋਈ ਲਕੀਰ ਖਿੱਚ ਕੇ ਲੜਾਈ ਲੜਨੀ ਪਊ ਜੇ ਪੰਜਾਬ ਨੂੰ ਬਚਾਉਣਾ ਹੁਣ ਤੁਸੀਂ ਗੱਲ ਕੀ ਕਰਦੇ ਵੀ ਤੁਸੀਂ ਗਏ ਕਿਉਂ ਨਹੀਂ ਓਏ ਇਹਨਾਂ ਦੀ ਮੈਂ ਚੀਕ ਮਰਵਾਉ ਹੁਣ ਜਿਹੜੇ ਵੀ ਆ ਪੱਤਰ ਪੱਤਰਕਾਰਾਂ ਦੀ ਜਿਹੜੇ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਮੇਰੇ ਖਿਲਾਫ ਜਿਹਨੇ ਖਬਰਾਂ ਚਲਾਉਂ ਚਲਾਓ ਹੁਣ ਖਬਰਾਂ ਜਿਹੜਾ ਆਹ ਇੱਕ ਚੈਨਲ ਜਿਹਾ ਚਲਾਉਂਦਾ ਸੀ ਮੇਰੇ ਖਿਲਾਫ ਖਬਰਾਂ ਚਲਾ ਹੁਣ ਸਿੱਧਾ ਹੋ ਕੇ ਜਿਹੜੇ ਚਲਾਉਣੇ ਆ ਜਿਹੜੀ ਮੇਰੀ ਨੈਗੇਟਿਵਿਟੀ ਦਿਖਾਉਣੀ ਆ ਦਿਖਾਓ ਤੁਹਾਨੂੰ ਲੱਗੂ ਪਤਾ ਹੁਣ ਬਾਕੀ ਧੰਨਵਾਦ ਤੇ ਹੁਣ ਅੱਜ ਤਾਂ ਬਾਈ ਸਰੀਰ ਬਾਹਲਾ ਡਾਊਨ ਹੋ ਗਿਆ ਯਾਰ ਬੁਖਾਰ ਚੜਿਆ ਪਿਆ ਸੀ ਕੱਲ੍ਹ ਨੂੰ ਸਰਦੂਲਗੜ੍ਹ ਫਿਰ ਮਿਲਦੇ ਹਾਂ ਉੱਥੇ ਸਾਰੇ ਵੀ ਜਿੰਨੀਆਂ ਵੀ ਅਸੀਂ ਕੋਈ ਤੁਹਾਡੇ ਆਪਣਾ ਸੇਵਾ ਕਰ ਸਕਦੇ ਹਾਂ ਕੰਮ ਕਰ ਸਕਦੇ ਹਾਂ ਸਾਰੇ ਜਣਿਆਂ ਨੂੰ ਉੱਥੇ ਮਿਲਾਂਗੇ ਅਤੇ ਬਾਕੀ ਸਾਰਿਆਂ ਦਾ ਧੰਨਵਾਦ ਯਾਰ ਅਤੇ ਪਰ ਇਹ ਮੀਡੀਆ 'ਤੇ ਅੱਜ ਮੈਨੂੰ ਬਹੁਤ ਗੁੱਸਾ ਸੀਗਾ ਵੀ ਯਾਰ ਐਡੇ ਐਡੇ ਬੰਦੇ ਉੱਥੇ ਪਹੁੰਚੇ ਫਰਜ਼ ਕਰੋ ਇੰਡੀਆ ਦਾ ਜਿਹੜਾ ਆਪਣਾ ਆਹ ਚਲੋ ਕਿਸਾਨ ਯੂਨੀਅਨ ਰਕੇਸ਼ ਦੁਕਾਨ ਤੋਂ ਉੱਥੇ ਪਹੁੰਚਿਆ ਡੱਲੇਵਾਲ ਜਗਦੀਪ ਸਿੰਘ ਡੱਲੇਵਾਲ ਜਿਹੜਾ ਕਿ ਕਿਸਾਨ ਮੋਰਚੇ ਦੇ ਵਿੱਚ ਜਿਹੜਾ ਕਿ ਸਾਡੇ ਆਪਣਾ ਸੰਯੁਕਤ ਜਿਹੜਾ ਕਿਸਾਨ ਮੋਰਚਾ ਬਣਿਆ ਹੋਇਆ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਸਾਰੇ ਉੱਥੇ ਆਗੂ ਪਹੁੰਚੇ ਸੀਗੇ ਹੋਰ ਕਿਹਦਾ ਨਾਮ ਲਵਾਂ ਸਾਰੇ ਉੱਥੇ ਪਹੁੰਚੇ ਸੀਗੇ ਕਿਸਾਨ ਮੋਰਚੇ ਦੇ ਵੇਲੇ ਤਾਂ ਤੁਸੀਂ ਬੜੀਆਂ ਉੱਥੋਂ ਗੋਦੀ ਮੀਡੀਆ ਦੇ ਖਿਲਾਫ ਚਲਾਉਂਦੇ ਰਹੇ ਅੱਜ ਵੀ ਤਾਂ ਉੱਥੇ ਉਹੀ ਬੰਦੇ ਸੀਗੇ ਉਹੀ ਲੋਕ ਸੀਗੇ ਅੱਜ ਕਿਉਂ ਨਹੀਂ ਗਏ ਸਵਾਲ ਉੱਠੂਗਾ ਤੁਹਾਡੇ 'ਤੇ
सवाल थोड़े तो लोगों ने खड़ा करना है, हजे तक खड़ते थोड़ा तो हो कुछ नहीं यार। बहुत दुख आ नशे के खिलाफ एक मुहिम किसी बंद ने बिढ़ी है कि ये उत्थे पहुँचन ना यार, बहुत दुख आ इस चीज़ का यार, बहुत दुख आ पंजाब के लोगों। तो अपना ये बस इन्हों पत्रकारों जरूर सवाल करो यार। तो बाकी कल नू मिलदे आ भाई सरदूरगढ़ दुआरे, फिर अज दवाई दवूई लैके थोड़ा ठीक हो जाए, सेहत ठीक नहीं सी रात ना, फिर भी इन्ना ज्यादा जो तो कई दिन पानी के लगातार रहे, सेहत थोड़ी डाउन हो गई सी, सवेरे फिर उवें जिकरू गोलियां गुलियां खा के भी चल चलीए यार, कोई गल उत्थे पहुंची, उत्थे पहुंचना जरूरी है। अज फिर दवाई दवूई लैके कल नू फिर उत्थे पहुंचांगे। तो उत्थे मनजोत बाई बहुत वड्डी जिहड़ा सेवा कर रहा है साढ़े राज खालसे वर्गे, साढ़े भरा पूरे जटे हुए ने, अच्छ मेरा छोटा भाई आ उत्थे ड्यूटी दे रहा, अज उत्थे लोगों के उत्थे डटे हुए पूरे, और जिन्ने के जोगरा नाल खड़ांगे। धन्यवाद जी, सारा का बहुत बहुत धन्यवाद जी। वाहिगुरू जी का खालसा, वाहिगुरू जी की फतह।